ਸਤਿ ਸ਼੍ਰੀ ਗੋਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 4 ਜੂਨ ਰਾਤ ਦੀ ਅਪਡੇਟ ਦੇਰ ਸ਼ਾਮ ਤੋਂ ਕੱਲ ਸਵੇਰ ਤੱਕ ਕੀ ਮੌਸਮ ਦੀ ਹਲਚਲ ਪੰਜਾਬ ਵਿੱਚ ਹੈ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਮੌਸਮ ਪੰਜਾਬ ਦਾ ਫਿਲਹਾਲ ਠੀਕ ਠਾਕ ਸਾਫ਼ ਬਣਿਆ ਹੈ ਪਰ ਪੱਛਮੀ ਖੇਤਰਾਂ ਤੋਂ ਟੁੱਟਮੀ ਬੱਦਲਵਾਈ ਲੱਗਵਗੇ ਦੇਖ ਰਹੇ ਹਾਂ ਇਹ ਜਿਹੜੀ ਲਗਭਗ ਸ਼ਾਮ ਦੇ 3-4 ਵਜੇ ਦੇ ਆਸ-ਪਾਸ ਬਣੀ ਸੀ ਤੇ ਅੱਗੇ ਪੱਛਮ ਤੋਂ ਪੂਰਬ ਦਿਸ਼ਾ ਨੂੰ ਵੱਧਦੀ ਹੀ ਪੰਜਾਬ ਵਿੱਚ ਪੱਛਮੀ ਬੱਦਲ ਵੈਂਟਰ ਹੋਵੇਗੀ ਸੋ ਜਿਹਦੇ ਚਾਲਦੇ ਆਪਾਂ ਨੂੰ ਪੰਜਾਬ ਦੇ ਕਈ ਖਿੱਤਿਆਂ ਦਾ ਮਾਹੌਲ ਹੈ ਜਿਹੜਾ ਖਾਸ ਤੌਰ ਤੇ ਜਿਹੜੇ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਮਾਝੇ ਦੇ ਇਲਾਕੇ ਹੋਣਗੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਅਮਰਸਰ ਤਰਨਤਾਰਨ ਸਾਹਿਬ ਦੇ ਇਲਾਕੇ ਤੇ ਨਾਲ ਲੱਗਦੇ ਅੱਗੇ ਕੁਝ ਰੋਇਪੁਰ ਦੇ ਆਸ-ਪਾਸ ਦੇ ਹਿੱਸੇ ਸੋ ਇਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਲਗਭਗ 9-10 ਵਜੇ ਦੇ ਆਸ-ਪਾਸ ਤੋਂ ਬੱਦਲਬਾਈ ਐਂਟਰ ਹੁੰਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਬੱਦਲਬਾਈ ਹਲਕੇ ਤੋਂ ਦਰਮਿਆਨੇ ਪੱਧਰ ਦੀ ਹੈ ਕਈ ਭਾਗਾਂ ਵਿੱਚ ਗਰਜ ਚਮਕ ਨਾਲ ਮੀਂਹ ਦੀਆ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਮੀਂਹ ਦੀਆਂ ਗਤੀਵਿਧੀਆਂ ਹਲਕੀਆਂ ਦਰਮਿਆਨੀਆਂ ਹੋ ਸਕਦੀਆਂ ਨੇ ਪੈਚੀ ਰੂਪ ਵਿੱਚ ਹੋਣਗੀਆਂ ਕਿ ਜिले ਦੇ ਕੁਝ ਭਾਗਾਂ ਵਿੱਚ ਮੀਂਹ ਪੈ ਗਿਆ ਕੁਝ ਭਾਗ ਹੋਸ਼ਕ ਰਹਿ ਗਏ ਬੱਦਲਬਾਈ ਇਸ ਤਰ੍ਹਾਂ ਆਵਾਜਾਈ ਕਰੇਗੀ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਇਨ੍ਹਾਂ ਖੇਤਰਾਂ ਵਿੱਚ ਬਣੀ ਹੋਈ ਹੈ ਤੇ ਇਹ ਬੱਦਲਬਾਈ ਅੱਗੇ ਮਾਝਾ ਤੋਂ ਬਾਅਦ ਦੁਆਬੇ ਦੇ ਖੇਤਰ ਨੂੰ ਪ੍ਰਭਾਵਿਤ ਕਰੇਗੀ ਤੇ ਉਸ ਤੋਂ ਬਾਅਦ ਜਿਹੜਾ ਪੂਰਬੀ ਹਿੱਸਾ ਪੈ ਜਾਂਦਾ ਹੈ ਪੰਜਾਬ ਦਾ ਚੰਡੀਗੜ੍ਹ ਮੋਹਾਲੀ ਕੋਰਾਲੀ ਸਾਈਡ ਦੇ ਇਲਾਕੇ ਆਗੇ ਲੁਧਿਆਣੇ ਦੇ ਪੂਰਬੀ ਹਿੱਸੇ ਹੋਗੇ ਫਤਿਹਗੜ੍ਹ ਸਾਹਿਬ ਦੇ ਆਸ-ਪਾਸ ਦੇ ਇਲਾਕੇ ਇਨ੍ਹਾਂ ਭਾਗਾਂ ਵਿੱਚ ਵੀ ਟੁੱਟਵੀਂ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਦੱਖਣ ਪੱਛਮੀ ਹਿੱਸਿਆਂ ਵਿੱਚ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਦੇ ਹਿੱਸੇ ਹੋਗੇ ਤੇ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਆਪਾਂ ਨੂੰ ਅੱਧੀ ਘਰਾ ਦੇ ਆਸ-ਪਾਸ ਦੇ ਕਰੀਬ ਯਾਨੀ ਕਿ 10-11 ਵਜੇ ਤੋਂ ਬਾਅਦ ਟੁੱਟਮੀ ਬਦਲਵਾ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹਾਲਾਂਕਿ ਜਿਆਦਾ ਵੱਡੀ ਤਕੜੀ ਕਾਰਵਾਈ ਇਨ੍ਹਾਂ ਹਿੱਸਿਆਂ ਵਿੱਚ ਹੋਣ ਦੀ ਸੰਭਾਵਨਾ ਘੱਟ ਹੈ ਕੁਝ ਖੇਤਰ ਜਿਹੜੇ ਰਾਜਸਥਾਨ ਦੇ ਨੇੜੇ ਪੈਂਦੇ ਨੇ ਉਹਨਾਂ ਵਿੱਚ ਹੋ ਸਕਦਾ ਹੈ ਕਿ ਥੋੜੀ-ਬਹੁਤ ਹਲਚਲ ਹੋ ਸਕਦੀ ਹੈ ਪਰ ਜਿਆਦਾ ਸੰਭਾਵਨਾ ਇਨ੍ਹਾਂ ਹਿੱਸਿਆਂ ਦੇ ਵਿੱਚ ਘੱਟ ਨਜ਼ਰ ਆ ਰਹੀ ਹੈ ਤੇ ਮੌਸਮ ਬਾਕੀ ਹਿੱਸਿਆਂ ਵਿੱਚ ਠੀਕ ਠਾਕ ਹੀ ਰਹੂਗਾ ਬੱਦਲਬਾਈ ਟੁੱਟਵੇਂ ਰੂਪ ਵਿੱਚ ਆਵਾਜ਼ਾਈ ਕਰਦੀ ਰਹੇਗੀ ਰਾਤ ਦੇ ਸਮੇਂ ਜਿਹੜੀ ਕਿ ਤੜਕੇ ਸਵੇਰ ਸਮੇਂ ਤੱਕ ਸੋ ਹੋਰ ਵੀ ਕੁਝ ਇੱਕ ਦੋ ਛੇ ਹਿੱਸਿਆਂ ਦੇ ਵਿੱਚ ਛੋਟੇ ਮੋਟੇ ਮੌਸਮੀ ਕਾਰਵਾਈਆਂ ਥੋੜਾ ਬਹੁਤ ਮੀਂਹ ਦੇ ਛਿੱਟੇ ਹਲਕੇ ਫੁਲਕੇ ਪੈ ਸਕਦੇ ਨੇ ਥੋੜੇ ਬਹੁਤ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਜਿਆਦਾ ਵੱਡੀ ਤਕੜੀ ਮੌਸਮੀ ਹਲਚਲ ਲੰਬੇ ਸਮੇਂ ਵਾਲੀ ਹੋਣ ਦੀ ਸੰਭਾਵਨਾ ਘੱਟ ਹੈ ਤੇ ਰਾਤ ਦੇ ਟੈਂਪਰੇਚਰ ਲਗਭਗ 28 ਤੋਂ 30 ਡਿਗਰੀ ਵਿਚਕਾਰ ਰਹਣਗੇ ਕੱਲ ਸਵੇਰ ਦੀ ਅਪਡੇਟ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤ